ਮੋਢਾ ਲੱਗ ਜਾਣਾ ਕੋਈ ਛੋਟੀ ਜਿਹੀ ਗੱਲ ਨਹੀਂ ਸੰਗਤ ਜੀ। ਬਾਬੇ ਮੱਖਣ ਸ਼ਾਹ ਦਾ ਬੇੜਾ ਡੁੱਬ ਚੱਲਿਆ ਸੀ, ਉਸ ਡੁੱਬਦੇ ਹੋਏ ਬੇੜੇ ਨੂੰ ਗੁਰੂ ਜੀ ਦਾ ਮੋਢਾ ਲੱਗਾ ਸੀ ਨਾ, ਉਹ ਡੁੱਬਦਾ ਹੋਇਆ ਬੇੜਾ ਕਿਨਾਰੇ ਲਾ ਦਿੱਤਾ। ਅਤੇ ਸੰਗਤ ਜੀ ਫਿਰ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਕਹਿੰਦੇ, ਕਹਿੰਦੇ ਸਤਿਗੁਰੂ ਇਹ ਸੱਜੇ ਮੋਢੇ ਦੀ ਗੱਲ ਹੋਈ, ਪਰ ਕਈ ਵਾਰ ਫਤਿਹ ਬੁਲਾਈ ਦੀ ਏ ਸਾਹਮਣੇ ਵਾਲਾ ਜਿਵੇਂ ਕੋਈ ਬਿਮਾਰ ਬੋਲਦਾ ਹੋਵੇ ਨਾ, ਕੋਈ ਕਮਜ਼ੋਰ ਬੋਲਦਾ ਹੋਵੇ, ਅਤੇ ਸੰਗਤ ਜੀ ਇਸ ਤਰ੍ਹਾਂ ਫਤਿਹ ਬੁਲਾਉਂਦਾ ਸਤਿਗੁਰ ਕਹਿੰਦੇ ਉਹਦੇ ਉੱਤੇ ਵੀ ਰਹਿਮਤਾਂ, ਉਹਦੇ ਉੱਤੇ ਵੀ ਬਖਸ਼ਿਸ਼ਾਂ, ਉਹਦੇ ਵੱਲ ਮੇਰਾ ਖੱਬਾ ਮੋਢਾ। ਅਤੇ ਸੰਗਤ ਜੀ ਜਦੋਂ ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਬਚਨ ਕੀਤੇ, ਪਰ ਹੁਣ ਕੁਝ ਬੋਲਦੇ ਨਹੀਂ, ਮੁੱਖ ਦੇ ਵਿੱਚੋਂ ਬਚਨ ਨਹੀਂ ਕਰਦੇ, ਪਾਤਸ਼ਾਹ ਕਹਿੰਦੇ ਕੁਝ ਤਾਂ ਬੋਲੋ, ਸਤਿਗੁਰੂ ਹੁਣ ਬੋਲਿਆ ਨਹੀਂ ਜਾਂਦਾ, ਹੁਣ ਮੁੱਖ ਦੇ ਵਿੱਚੋਂ ਬਚਨ ਤੇ ਆਉਂਦਾ ਹੈ ਪਰ ਸਤਿਗੁਰੂ ਬੋਲਿਆ ਨਹੀਂ ਜਾਂਦਾ। ਸਤਿਗੁਰ ਕਹਿੰਦੇ ਤੁਸੀਂ ਵਿਦਵਾਨ ਹੋ, ਕੁਝ ਤੇ ਕੁਝ ਬਚਨ ਕਰੋ। ਭਾਈ ਸਾਹਿਬ ਭਾਈ ਮਨੀ ਸਿੰਘ ਜੀ ਨੇ ਇੱਕਦਮ ਤਕੜਾ ਮਨ ਕਰਕੇ ਕਹਿੰਦੇ ਸਤਿਗੁਰੂ ਕਈ ਵਾਰ ਫਤਿਹ ਬੁਲਾਈ ਦੀ ਏ ਸਾਹਮਣੇ ਵਾਲਾ ਕੋਈ ਜਵਾਬ ਹੀ ਨਹੀਂ ਦਿੰਦਾ। ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਇੱਕਦਮ ਗੰਭੀਰ ਹੋਏ, ਕਹਿੰਦੇ ਮਨੀ ਸਿੰਘ ਜੀ ਸੁਣੋ, ਜਿਹੜਾ ਗੱਜ ਕੇ ਫਤਿਹ ਦਾ ਸਿਮਰਨ ਨਹੀਂ ਕਰਦਾ, ਨਾ ਉਹਦੇ ਵੱਲ ਮੇਰਾ ਮੁੱਖ, ਨਾ ਉਹਦੇ ਵੱਲ ਮੇਰਾ ਸੱਜਾ ਮੋਢਾ, ਅਤੇ ਨਾ ਉਹਦੇ ਵੱਲ ਮੇਰਾ ਖੱਬਾ ਮੋਢਾ, ਉਹਦੇ ਵੱਲ ਮੇਰੀ ਪਿੱਠ ਹੋਵੇਗੀ ਪਿੱਠ। ਸੰਗਤ ਜੀ ਜਿੰਨੀ ਮਰਜ਼ੀ ਮਾਇਆ ਹੋਵੇ, ਅਸੀਂ ਜ਼ਮੀਨਾਂ ਜਾਇਦਾਦਾਂ ਦੇ ਮਾਲਕ ਹੋਈਏ, ਫੈਕਟਰੀਆਂ ਦੇ ਮਾਲਕ ਹੋਈਏ, ਪਰ ਜੇ ਗੁਰੂ ਪਿੱਠ ਕਰ ਲਵੇ ਨਾ, ਫਿਰ ਤਾਂ ਇੰਝ ਹੁੰਦਾ ਏ ਵੱਡੇ ਵੱਡੇ ਜੋ ਦੀਸ ਹੈ ਲੋਕ, ਤਿੰਨ ਕੋ ਵਿਆਪੈ ਚਿੰਤਾ ਰੋਗ, ਉਹ ਚਿੰਤਾ ਦੇ ਵਿੱਚ ਫਸੇ ਹੁੰਦੇ ਨੇ। ਅਤੇ ਸੰਗਤ ਜੀ ਅਸੀਂ ਤੁਸੀਂ ਸਾਰੇ ਚੱਲ ਕੇ ਆਏ ਹੋ ਇਸ ਅਸਥਾਨ 'ਤੇ, ਅਤੇ ਸੰਗਤ ਜੀ ਜਿਹੜਾ ਪਰਮਾਤਮਾ ਦਾ ਸਿਮਰਨ ਕਰਦਾ ਹੈ, ਅਤੇ ਸੰਗਤ ਜੀ ਸਾਨੂੰ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ, ਜੋ ਸਿਮਰਨ ਕਰਦਾ ਹੈ ਮਤ ਵਿੱਚ ਰਤਨ ਜਵਾਹਰ ਮਾਣਕ, ਜੇ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬਜਾਈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰਨਾ ਜਾਈ। ਅਤੇ ਸੰਗਤ ਜੀ ਆਓ ਰਸਨਾਂ ਨੂੰ ਪਵਿੱਤਰ ਕਰੋ, ਤੁਹਾਡੇ ਵੱਲ ਗੁਰੂ ਦਾ ਮੁੱਖ ਹੋਵੇ, ਗੱਜ ਵੱਜ ਕੇ ਫਤਿਹ ਬੁਲਾਓ, ਆਖੋ ਜੀ ਸਾਰੇ ਗੱਜ ਵੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੇ ਸੰਗਤ ਜੀ ਅੱਜ ਮਹਾਂਪੁਰਖਾਂ ਨੂੰ ਯਾਦ ਕੀਤਾ ਜਾ ਰਿਹਾ ਹੈ, ਅੱਜ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ, ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ, ਅਤੇ ਬਾਬਾ ਹਰਬੰਸ ਸਿੰਘ ਜੀ ਦਿੱਲੀ ਵਾਲੇ, ਉਹਨਾਂ ਨੂੰ ਵੀ ਯਾਦ ਕੀਤਾ ਜਾ ਰਿਹਾ ਹੈ। ਦੁਨੀਆ ਸੰਗਤ ਜੀ ਬਹੁਤ ਹੈ, ਪਰ ਸੰਗਤ ਜੀ ਜਿਹੜਾ ਗੁਰੂ ਘਰ ਆਉਂਦਾ ਹੈ ਨਾ, ਜਿਹੜਾ ਗੁਰੂ ਘਰ ਆਵੇ ਅਤੇ ਸੰਗਤ ਜੀ ਉਹਨੂੰ ਸੰਗਤ ਕਿਹਾ ਜਾਂਦਾ, ਪਰ ਉਹਨਾਂ ਨੂੰ ਯਾਦ ਕੀਤਾ ਜਾ ਰਿਹਾ ਹੈ ਜਿਹਨਾਂ ਪਰਮਾਤਮਾ ਦਾ ਸਿਮਰਨ ਕੀਤਾ। ਪ੍ਰਭ ਕਹਿ ਸਿਮਰਨ ਗਰਬ ਨਾ ਵਸਿਓ, ਮੁੜ ਕੇ ਜੂਨਾਂ ਵਿੱਚ ਨਹੀਂ ਆਉਂਦਾ। ਸੰਤ ਮਹਾਂਪੁਰਖ ਆਪ ਤੇ ਨਾਮ ਜਪਦੇ ਨੇ, ਦੁਨੀਆਂ ਦੇ ਲੋਕਾਂ ਨੂੰ ਨਾਮ ਜਪਾਉਂਦੇ ਨੇ। ਬੜਾ ਔਖਾ ਹੈ ਹੀਰੇ ਵਿੱਚ ਛੇਕ ਪਾਉਣਾ, ਦੁਨੀਆਂ ਦੇ ਲੋਕ ਕਹਿੰਦੇ ਨੇ ਸੰਤ ਬਣਨਾ ਬੜਾ ਸੌਖਾ ਹੈ, ਪਰ ਸੰਗਤ ਜੀ ਸੰਤ ਬਣਨਾ ਹੈ ਬੜਾ ਔਖਾ। ਕਹਿੰਦੇ ਬੜਾ ਔਖਾ ਹੈ ਹੀਰੇ ਵਿੱਚ ਛੇਕ ਪਾਉਣਾ, ਕਿਸੇ ਇਲਮ ਦਾ ਔਖਾ ਉਸਤਾਦ ਹੋਣਾ, ਬੜਾ ਔਖਾ ਹੈ ਗ੍ਰਸਤ ਦਾ ਸੁੱਖ ਛੱਡਣਾ, ਬੜਾ ਔਖਾ ਹੈ ਦੇਸ਼ ਲਈ ਮਿਟਣਾ ਬਰਬਾਦ ਹੋਣਾ। ਬੁਲਬੁਲ ਵਾਂਗ ਗੁਲਾਮੀ ਦੇ ਪਿੰਜਰੇ ਚੋਂ ਹੈ ਗੁਲਾਮ ਦਾ ਔਖਾ ਆਜ਼ਾਦ ਹੋਣਾ, ਗੱਲਾਂ ਸਾਰੀਆਂ ਕੋਮਲਾਂ ਸੱਚੀਆਂ ਨੇ, ਇਹ ਪਰ ਸਭ ਨਾਲੋਂ ਔਖਾ ਹੈ ਸਾਧ ਹੋਣਾ ਅਤੇ ਸੰਤ ਹੋਣਾ। ਅਤੇ ਸੰਗਤ ਜੀ ਆਓ ਉਹਨਾਂ ਮਹਾਂਪੁਰਖਾਂ ਨੂੰ ਯਾਦ ਕੀਤਾ ਜਾ ਰਿਹਾ ਹੈ। ਅਤੇ ਦਾਸ ਦਾ ਢਾਡੀ ਜਥਾ ਇੱਕ ਕਵਿਤਾ ਹੈ ਇਉਂ ਬਿਆਨ ਕਰਦਾ ਹੈ।
ਪੁਰਖਾਂ ਦੀਆਂ ਯਾਦਾਂ ਦੁਨੀਆਂ ਤੇ ਰਹਿਣਗੀਆਂ, ਮਹਾਂਪੁਰਖਾਂ ਦੀਆਂ ਯਾਦਾਂ ਦੁਨੀਆਂ ਤੇ ਰਹਿਣਗੀਆਂ, ਮਹਾਂਪੁਰਖਾਂ ਦੀਆਂ ਯਾਦਾਂ
ਉਹ ਜੱਗ ਦੇ ਵਿੱਚ ਬਾਤਾਂ ਉਹਨਾਂ ਦੀਆਂ, ਜੱਗ ਦੇ ਵਿੱਚ ਬਾਤਾਂ ਉਹਨਾਂ ਦੀਆਂ ਸਦਾ ਹੀ ਪੈਣਗੀਆਂ। ਮਹਾਂਪੁਰਖਾਂ ਦੀਆਂ ਯਾਦਾਂ ਦੁਨੀਆਂ ਤੇ ਰਹਿਣਗੀਆਂ, ਮਹਾਂਪੁਰਖਾਂ ਦੀਆਂ ਯਾਦਾਂ ਦੁਨੀਆਂ ਤੇ ਰਹਿਣਗੀਆਂ, ਮਹਾਂਪੁਰਖਾਂ ਦੀਆਂ ਯਾਦਾਂ। ਜੁਗ ਕਾਲੀ ਬਦਲੀ ਬਰਸ ਰਹੇ ਅੰਗਿਆਰ, ਸੰਤ ਨਾ ਹੋਤੇ ਜਗਤ ਮੇਂ ਤੋ ਜਲ ਮਰਤਾ ਸੰਸਾਰ। ਇਹ ਜੰਗਲਾਂ ਵਿੱਚ ਮੰਗਲ ਕਰ ਦਿੰਦੇ, ਜਿੱਥੇ ਹੋਵੇ ਵਾਸਾ ਸੰਤਾਂ ਦਾ, ਰੱਬ ਨੂੰ ਵੀ ਮੰਨਣਾ ਪੈਂਦਾ ਕੀਤਾ ਅਰਦਾਸਾ ਸੰਤਾਂ ਦਾ। ਉਹ ਕਹਿੰਦੇ ਆਪਣਾ ਘਾਤ ਕਰਾ ਬਹਿੰਦੇ ਜੋ ਕਰਨ ਤਮਾਸ਼ਾ ਸੰਤਾਂ ਦਾ, ਚਾਹ ਪੂਰੀ ਹੋਵੇ ਹਰ ਦਿਲ ਦੀ ਜਿੱਥੇ ਹੋਵੇ ਅਰਦਾਸਾ ਸੰਤਾਂ ਦਾ। ਅਤੇ ਸੰਗਤ ਜੀ, ਮਹਾਂਪੁਰਖ ਜਿੱਥੇ ਅਰਦਾਸ ਕਰ ਦੇਣ ਤੇ ਸੰਗਤ ਜੀ ਉਹ ਅਰਦਾਸ ਸੰਪੂਰਨ ਹੁੰਦੀ ਏ। ਆਮ ਦੁਨੀਆਂ ਦੇ ਲੋਕ ਵੇਖਦੇ ਨੇ ਤੇ ਸੰਗਤ ਜੀ ਸੰਗਤ ਦੇ ਵਿੱਚ ਆਏ ਹੋ, ਜਿੱਥੇ ਅੱਜ ਮਹਾਂਪੁਰਖਾਂ ਨੂੰ ਯਾਦ ਕੀਤਾ ਜਾ ਰਿਹਾ ਤੇ ਤੁਸੀਂ ਸੰਗਤ ਦੇ ਰੂਪ ਜੁੜ ਕਰਕੇ ਬੈਠੇ ਹੋ। ਵਡਭਾਗੀ ਹਰ ਸੰਗਤ ਪਾਵੇ, ਭਾਗਹੀਨ ਭਰਮ ਚੋਟਾਂ ਖਾਵੇ ਬਿਨ ਭਾਗਾਂ, ਸਤ ਸੰਗ ਨਾ ਲੱਭੇ ਬਿਨ ਸੰਗਤ ਮੈਲ ਭਰੀਜੈ ਜੀ। ਉਹ ਤੇ ਸੰਗਤ ਜੀ ਆਓ, ਜੋ ਸੰਗਤ ਵਿੱਚ ਆਉਂਦਾ ਹੈ ਨਾ ਉਹਦਾ ਦੁੱਖ ਕੱਟਿਆ ਜਾਂਦਾ ਹੈ, ਇਹ ਦੁੱਖ ਸੂਲੀ ਤੋਂ ਸੂਲ 'ਤੇ ਚਲਾ ਜਾਂਦਾ ਹੈ। ਅਤੇ ਸੰਗਤ ਜੀ ਜੋ ਸੰਗਤ ਕਰਦਾ ਹੈ, ਸੰਗਤ ਉਸ ਵਾਹਿਗੁਰੂ ਦੀ ਸੰਗਤ ਕਰਦਾ ਹੈ ਅਤੇ ਸੰਤਾਂ ਮਹਾਂਪੁਰਖਾਂ ਦੀ ਸੰਗਤ ਕਰਦਾ ਕੀ ਹੁੰਦਾ ਹੈ? ਇੱਕ ਗੁਰੂ ਕਾ ਸਿੱਖ ਕਹਿੰਦੇ ਰੋਜ਼ ਗੁਰੂ ਕੀ ਸੰਗਤ ਕਰਦਾ ਸੀ, ਸੰਗਤ ਵਿੱਚ ਜਾਣਾ ਅਤੇ ਸੰਗਤ ਜੀ ਉੱਥੇ ਜਾ ਕੇ ਪਰਮਾਤਮਾ ਦਾ ਸਿਮਰਨ ਕਰਨਾ ਅਤੇ ਸੇਵਾ ਕਰਨੀ, ਫਿਰ ਸ਼ਾਮ ਨੂੰ ਆਉਣਾ। ਇੱਕ ਦਿਨ ਕੀ ਹੋਇਆ, ਇੱਕ ਦੁਕਾਨਦਾਰ ਕਹਿੰਦਾ ਤੁਸੀਂ ਕਿੱਥੇ ਜਾਂਦੇ ਹੋ? ਕਹਿੰਦੇ ਮੈਂ ਸੰਗਤ ਕਰਦਾ ਹਾਂ, ਗੁਰੂ ਕੀ ਸੰਗਤ ਕਰਦਾ ਹਾਂ। ਅਤੇ ਸੰਗਤ ਜੀ ਜਦੋਂ ਇੰਨੇ ਵਚਨ ਹੋਏ ਕਹਿੰਦੇ ਕੱਲ੍ਹ ਨੂੰ ਮੈਨੂੰ ਵੀ ਲੈ ਕੇ ਜਾਇਓ। ਕਹਿੰਦੇ ਜ਼ਰੂਰ ਲੈ ਕੇ ਜਾਵਾਂਗੇ, ਕੱਲ੍ਹ ਨੂੰ ਤੈਨੂੰ ਵੀ ਲੈ ਕੇ ਜਾਵਾਂਗੇ। ਅਤੇ ਸੰਗਤ ਜੀ ਸਮਾਂ ਆਇਆ, ਸਵੇਰ ਹੋਈ ਅਤੇ ਉਹ ਗੁਰੂ ਕੇ ਸਿੱਖ ਦਾ ਨੇਮ ਸੀ ਅਤੇ ਸੰਗਤ ਜੀ ਉਹ ਤੁਰ ਪਿਆ ਗੁਰੂ ਘਰ ਵੱਲ ਨੂੰ। ਅਤੇ ਜਦੋਂ ਗੁਰੂ ਘਰ ਵੱਲ ਨੂੰ ਤੁਰ ਪਿਆ ਨਾ, ਉਹ ਦੁਕਾਨਦਾਰ ਵੀ ਰਾਹ 'ਚ ਮਿਲਿਆ, ਕਹਿੰਦਾ ਮੈਨੂੰ, ਮੈਂ ਕਿਹਾ ਸੀ ਮੈਨੂੰ ਲੈ ਕੇ ਜਾਇਓ। ਕਹਿੰਦੇ ਚਲੋ ਸਾਡੇ ਨਾਲ ਚੱਲੋ। ਅਤੇ ਜਦੋਂ ਨਾਲ ਤੁਰ ਪਏ, ਦੁਕਾਨ ਬੰਦ ਕਰ ਦਿੱਤੀ ਅਤੇ ਸੰਗਤ ਜੀ ਗਏ, ਬੜੇ ਪਿਆਰ ਦੇ ਨਾਲ ਗੁਰੂ ਕੀ ਸੰਗਤ ਕੀਤੀ ਏ ਅਤੇ ਬੜਾ ਆਨੰਦ ਆਇਆ। ਜਦੋਂ ਆਨੰਦ ਆਇਆ ਤਾਂ ਸ਼ਾਮਾਂ ਪਈਆਂ ਵਾਪਸ ਆਏ, ਕਹਿੰਦੇ ਕੱਲ੍ਹ ਨੂੰ ਮੈਨੂੰ ਫਿਰ ਲੈ ਕੇ ਜਾਇਓ। ਅਤੇ ਦੂਜਾ ਦਿਨ ਫਿਰ ਚੜਿਆ, ਫਿਰ ਤੁਰ ਪਏ। ਜਦੋਂ ਰਾਹ ਦੇ ਵਿੱਚ ਗਏ ਨਾ, ਇਹ ਮਨ ਹੈ ਜੋ ਸੰਗਤ ਜੀ, ਅਸੀਂ ਹਰ ਚੀਜ਼ ਨੂੰ ਕਾਬੂ ਕਰ ਸਕਦੇ ਹਾਂ ਪਰ ਮਨ ਜੋ ਹੈ ਨਾ ਸਾਡਾ, ਇਹ ਕਾਬੂ ਨਹੀਂ ਆਉਂਦਾ। ਕੀ ਹੋਇਆ, ਅੱਜ ਉਹ ਗੁਰੂ ਕੇ ਸਿੱਖ ਦੇ ਨਾਲ ਨਹੀਂ ਤੁਰਿਆ, ਉਹ ਬੇਸਬਾ ਦੇ ਬੂਹੇ ਵੱਲ ਨੂੰ ਤੁਰ ਪਿਆ। ਜਦੋਂ ਬੇਸਬਾ ਦੇ ਬੂਹੇ ਵੱਲ ਨੂੰ ਤੁਰ ਪਿਆ, ਉਹ ਮਾੜੇ ਕਰਮਾਂ ਵੱਲ ਨੂੰ ਤੁਰ ਪਿਆ ਅਤੇ ਗੁਰੂ ਕਾ ਸਿੱਖ ਚੰਗੇ ਕਰਮਾਂ ਵੱਲ ਨੂੰ ਤੁਰਿਆ ਰਿਹਾ। ਅਤੇ ਸਮਾਂ ਇਸ ਤਰ੍ਹਾਂ ਚੱਲਦਾ ਰਿਹਾ, ਰੋਜ਼ ਆਉਣਾ ਅਤੇ ਉਹਨੇ ਗਲਤ ਪਾਸੇ ਚਲਾ ਜਾਣਾ। ਅਤੇ ਗੁਰੂ ਕੇ ਸਿੱਖ ਨੇ ਗੁਰੂ ਕੇ ਦੀਦਾਰ ਕਰਨੇ, ਸੇਵਾ ਕਰਨੀ ਰਹਿ ਰਾਜ ਸਾਹਿਬ ਤੋਂ ਬਾਅਦ, ਅਤੇ ਸੰਗਤ ਜੀ ਵਾਪਸ ਘਰ ਨਹੀਂ ਆਉਣਾ। ਇੱਕ ਦਿਨ ਕੀ ਹੋਇਆ, ਕਹਿੰਦੇ ਜੇ ਤੂੰ ਪਹਿਲਾਂ ਆਇਆ ਅੱਜ ਤੇ ਤੁਸੀਂ ਮੈਨੂੰ ਉਡੀਕਿਓ, ਜੇ ਮੈਂ ਪਹਿਲਾਂ ਆਇਆ ਮੈਂ ਤੁਹਾਨੂੰ ਉਡੀਕਾਂਗਾ, ਉਹ ਦੁਕਾਨਦਾਰ ਕਹਿੰਦਾ। ਤੇ ਜਦੋਂ ਸਮਾਂ ਬਣਿਆ, ਉਹ ਗੁਰੂ ਕਾ ਸਿੱਖ ਗਿਆ ਤੇ ਸੰਗਤ ਜੀ ਦੂਜੇ ਪਾਸੇ ਜੋ ਦੁਕਾਨਦਾਰ ਸੀ ਉਹ ਗਿਆ ਨਾ, ਜਦੋਂ ਅੱਜ ਬੇਸਬਾ ਦਾ ਬੂਹਾ ਬੰਦ ਸੀ ਤੇ ਉਹ ਵਾਪਸ ਆਇਆ। ਜਦੋਂ ਵਾਪਸ ਆਇਆ, ਆ ਕੇ ਧਰਤੀ ਦੇ ਉੱਤੇ ਬੈਠ ਗਿਆ। ਜਦੋਂ ਧਰਤੀ ਦੇ ਉੱਤੇ ਇਨਸਾਨ ਬੈਠ ਜਾਂਦਾ ਨਾ, ਤੇ ਸੰਗਤ ਜੀ ਅਸੀਂ ਕਈ ਵਾਰ
ਧਰਤੀ ਨੂੰ ਪੁੱਟਣਾ ਸ਼ੁਰੂ ਕਰਦੇ ਆ। ਜਦੋਂ ਪੁੱਟਦੇ ਹਨ ਤੇ ਸਾਡਾ ਇਹ ਸੁਭਾਅ ਇਹ ਆਮ ਆਦਮੀ ਦਾ ਸੁਭਾਅ ਹੁੰਦਾ ਹੈ, ਉਹਨੇ ਵੀ ਧਰਤੀ ਨੂੰ ਪੁੱਟਣਾ ਸ਼ੁਰੂ ਕਰ ਦਿੱਤਾ। ਜਦੋਂ ਪੁੱਟਦਾ ਹੈ ਨਾ ਇੱਕ ਗੜਬਾ ਨਿਕਲਿਆ, ਜਦੋਂ ਗੜਬਾ ਨਿਕਲਿਆ ਗੜਬੇ ਦੇ ਵਿੱਚੋਂ ਇੱਕ ਮੋਹਰ ਨਿਕਲੀ ਏ ਅਤੇ ਬਾਕੀ ਕੋਲੇ ਨੇ। ਕਹਿੰਦਾ ਮਨ ਵਿੱਚ ਸੋਚਦਾ ਏ ਜੇ ਇਹ ਗੜਬਾ ਸੋਨੇ ਦੀਆਂ ਮੋਹਰਾਂ ਦਾ ਭਰਿਆ ਹੁੰਦਾ ਤਾਂ ਮੇਰਾ ਜੀਵਨ ਬਦਲ ਜਾਣਾ ਸੀ, ਮੇਰਾ ਜੀਵਨ ਬਦਲ ਜਾਣਾ ਸੀ। ਅਤੇ ਸੰਗਤ ਜੀ ਕੀ ਹੋਇਆ, ਉੱਧਰੋਂ ਗੁਰੂ ਕਾ ਸਿੱਖ ਵੀ ਆਇਆ, ਸ਼ਾਮਾਂ ਪਈਆਂ, ਉਹਦੇ ਪੈਰ ਦੇ ਵਿੱਚ ਕੰਡਾ ਵੱਜਾ ਹੋਇਆ ਸੀ ਕੰਡਾ। ਅਤੇ ਜਦੋਂ ਉਹ ਬੜੀ ਤਕਲੀਫ ਦੇ ਨਾਲ ਤੁਰਦਾ ਰਿਹਾ ਸੀ, ਜਦੋਂ ਆ ਰਿਹਾ ਸੀ ਨਾ, ਉਹ ਗੁਰੂ ਕੇ ਸਿੱਖ ਨੂੰ ਕਹਿੰਦਾ, ਕਹਿੰਦਾ ਗੱਲ ਸੁਣੋ, ਕਹਿੰਦੇ ਤੁਸੀਂ ਚੰਗੇ ਪਾਸੇ ਜਾਂਦੇ ਸੀ ਤੁਹਾਨੂੰ ਦੁੱਖ ਮਿਲਿਆ, ਕਹਿੰਦਾ ਮੈਂ ਮਾੜੇ ਪਾਸੇ ਜਾਂਦਾ ਸੀ ਮੈਨੂੰ ਸੋਨੇ ਦੀ ਮੋਹਰ ਮਿਲੀ ਹੈ, ਸੋਨੇ ਦੀ ਮੋਹਰ। ਕਹਿੰਦੇ ਸਾਨੂੰ ਨਿਰਣਾ ਕਰਨਾ ਚਾਹੀਦਾ ਹੈ, ਸਾਨੂੰ ਗੁਰੂ ਸਾਹਿਬ ਜੀ ਦੇ ਕੋਲ ਜਾ ਕੇ ਨਿਰਣਾ ਕਰਨਾ ਚਾਹੀਦਾ ਹੈ। ਉਸੇ ਵੇਲੇ ਤੁਰ ਪਏ ਉਹ ਦੁਕਾਨਦਾਰ ਅਤੇ ਉਹ ਗੁਰੂ ਕਾ ਸਿੱਖ, ਕਹਿੰਦੇ ਗੁਰੂ ਨਾਨਕ ਸਾਹਿਬ ਦੇ ਕੋਲ ਗਏ, ਕਹਿੰਦੇ ਸਤਿਗੁਰੂ ਪਾਤਸ਼ਾਹੋ। ਉਹ ਦੁਕਾਨਦਾਰ ਕਹਿੰਦਾ ਮੈਂ ਸੱਚ ਬੋਲਾਂਗਾ, ਮੈਂ ਇੱਕ ਦਿਨ ਤੁਹਾਡੇ ਕੋਲ ਆਇਆ ਸੀ, ਪਰ ਇੱਕ ਦਿਨ ਆਇਆ ਸੀ ਮੈਨੂੰ ਸੋਨੇ ਦੀ ਮੋਹਰ ਮਿਲੀ ਹੈ, ਇਹ ਤੁਹਾਡੇ ਕੋਲ ਲਗਾਤਾਰ ਆਉਂਦਾ ਰਿਹਾ, ਇਹਨੇ ਕੋਈ ਵੀ ਦਿਨ, ਕਹਿੰਦੇ ਕੋਈ ਵੀ ਦਿਨ ਇਹਨੇ ਮਿਸ ਨਹੀਂ ਕੀਤਾ, ਇਹ ਲਗਾਤਾਰ ਆਉਂਦਾ ਰਿਹਾ, ਪਰ ਇਹਨੂੰ ਦੁੱਖ ਮਿਲਿਆ ਹੈ, ਮੈਨੂੰ ਸੋਨਾ ਮਿਲਿਆ। ਗੁਰੂ ਨਾਨਕ ਸਾਹਿਬ ਕਹਿੰਦੇ ਪਿਆਰਿਆ ਆ ਸੁਣ ਬੈਠ, ਕਹਿੰਦੇ ਜੋ ਗੜਬਾ ਸੀ ਨਾ ਉਹ ਕਹਿੰਦੇ ਮੋਹਰਾਂ ਦਾ ਭਰਿਆ ਹੋਇਆ ਸੀ ਸੋਨੇ ਦੀਆਂ ਮੋਹਰਾਂ ਦਾ, ਪਰ ਕਹਿੰਦੇ ਤੁਸੀਂ ਇੱਕ ਦਿਨ ਆਏ ਉਹ ਮੋਹਰਾਂ ਦਾ ਗੜਬਾ ਸੀ, ਜੇ ਤੂੰ ਲਗਾਤਾਰ ਆਉਂਦਾ ਰਹਿੰਦਾ, ਗੁਰੂ ਕੀ ਸੰਗਤ ਕਰਦਾ ਰਹਿੰਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਰਹਿੰਦਾ ਤੇ ਤੈਨੂੰ ਸੋਨੇ ਦੀਆਂ ਮੋਹਰਾਂ ਦਾ ਉਹ ਗੜਬਾ ਭਰਿਆ ਹੋਇਆ ਮਿਲਣਾ ਸੀ, ਪਰ ਤੂੰ ਇੱਕ ਦਿਨ ਆਇਆ ਫਿਰ ਤੂੰ ਮਾੜੇ ਪਾਸੇ ਚਲਾ ਗਿਆ। ਇਸੇ ਤਰ੍ਹਾਂ ਉਹ ਸੋਨੇ ਦੀਆਂ ਮੋਹਰਾਂ ਉਹ ਕੋਲੇ ਬਣ ਗਿਆ ਕੋਲੇ। ਕਹਿੰਦੇ ਸਤਿਗੁਰੂ ਸੱਚ? ਕਹਿੰਦੇ ਹਾਂ ਸੱਚ ਹੈ। ਕਹਿੰਦੇ ਤੂੰ ਮਾੜੇ ਪਾਸੇ ਤੁਰ ਪਿਆ, ਪਰ ਕਹਿੰਦੇ ਇਹ ਗੁਰੂ ਕਾ ਸਿੱਖ, ਕਹਿੰਦੇ ਰੋਜ਼ ਆਉਂਦਾ ਰਿਹਾ, ਇਹ ਸੇਵਾ ਕਰਦਾ ਰਿਹਾ, ਪਰਮਾਤਮਾ ਦਾ ਸਿਮਰਨ ਕਰਦਾ ਰਿਹਾ, ਇਹ ਅੰਮ੍ਰਿਤ ਵੇਲਾ ਸਾਂਭਦਾ ਰਿਹਾ, ਇਹਨੂੰ ਕਿਸੇ ਕਾਰਨ ਕਰਕੇ ਸੂਲੀ 'ਤੇ ਟੰਗਿਆ ਜਾਣਾ ਸੀ, ਕਹਿੰਦੇ ਇਹਨੂੰ ਫਾਂਸੀ ਹੋਣੀ ਸੀ ਕਿਸੇ ਕਾਰਨ ਕਰਕੇ, ਪਰ ਇਹਦਾ ਦੁੱਖ ਕੱਟਿਆ ਗਿਆ, ਇਹਦਾ ਦੁੱਖ ਕਹਿੰਦੇ ਸੂਲੀ ਤੋਂ ਸੂਲ 'ਤੇ ਆ ਗਿਆ। ਕਹਿੰਦੇ ਸਤਿਗੁਰੂ ਇਹ ਸੱਚ ਹੈ? ਕਹਿੰਦੇ ਹਾਂ ਸੱਚ। ਅਤੇ ਸੰਗਤ ਜੀ ਆਓ, ਉਹ ਦੁਕਾਨਦਾਰ ਨੇ ਵੀ ਫਿਰ ਕਹਿੰਦੇ ਸੱਚ ਦੀ ਸੰਗਤ ਕੀਤੀ ਹੈ, ਕਹਿੰਦੇ ਸਤਿਗੁਰੂ ਅੱਜ ਤੋਂ ਬਾਅਦ ਮੈਂ ਮਾੜੇ ਪਾਸੇ ਨਹੀਂ ਜਾਂਦਾ। ਅਤੇ ਸੰਗਤ ਜੀ ਅਸੀਂ ਵੀ ਸੰਗਤ ਵਿੱਚ ਆਏ ਹਾਂ, ਸਾਨੂੰ ਗੁਰੂ ਕੀ ਸੰਗਤ ਕਰਨੀ ਚਾਹੀਦੀ, ਅੰਮ੍ਰਿਤ ਵੇਲਾ ਸਾਂਭਣਾ ਚਾਹੀਦਾ ਹੈ। ਅੰਮ੍ਰਿਤ ਵੇਲਾ ਸੱਚ ਨਾ ਉਹ ਵਡਿਆਈ ਵਿਚਾਰ, ਕਰਮੀ ਆਵੇ ਕੱਪੜਾ ਨਦਰੀ ਮੋਖ ਦੁਆਰ। ਅਤੇ ਸੰਗਤ ਜੀ ਸਾਨੂੰ ਪਰਮਾਤਮਾ ਦਾ ਸਿਮਰਨ ਕਰਨਾ ਚਾਹੀਦਾ ਹੈ। ਇਹ ਮਨੁੱਖਾ ਦੇਹੀ ਮਿਲੀ ਹੈ 84 ਲੱਖ ਜੂਨਾਂ ਤੋਂ ਬਾਅਦ, ਅਤੇ ਸੰਗਤ ਜੀ ਅਜਾਈ ਨਾ ਸਮਾਂ ਗਵਾਈਏ, ਕਈ ਜਨਮ ਪਏ ਕੀਟ ਪਤੰਗਾ, ਕਈ ਜਨਮ ਗਜ਼ਮੀਨ ਕੁਰੰਗਾ। ਅਤੇ ਸੰਗਤ ਜੀ ਇਹ ਪਰਮਾਤਮਾ ਨੇ ਮਨੁੱਖਾ ਦੇਹੀ ਬਖਸ਼ੀ ਹੈ, ਅਤੇ ਜੇ ਪਰਮਾਤਮਾ ਦਾ ਸਿਮਰਨ ਕਰਾਂਗੇ ਫਿਰ ਸਾਨੂੰ ਕੁਝ ਤੇ ਕੁਝ ਲਾਭ ਹੋਵੇਗਾ, ਅਤੇ ਇੱਥੇ ਆਏ ਦਾ ਕੁਝ ਪਤਾ ਲੱਗੇਗਾ, ਸਾਨੂੰ ਲਾਭ ਹੋਵੇਗਾ। ਅਸੀਂ ਗੁਰੂ ਘਰ ਗਏ ਸੀ, ਅੱਜ ਸਾਡਾ ਜੀਵਨ ਬਦਲਿਆ ਹੈ, ਬੇਸ਼ੱਕ ਨਵਾਂ ਸਾਲ ਚੜ੍ਹਿਆ ਹੈ ਸੰਗਤ ਜੀ, ਪਰ ਸਾਨੂੰ ਕੁਝ ਨਿਰਣੇ ਕਰਨੇ ਚਾਹੀਦੇ ਨੇ। ਅਤੇ ਸੰਗਤ ਜੀ ਸਾਨੂੰ ਪਰਮਾਤਮਾ, ਉਹੀ ਉਹ ਸਾਡਾ ਜੀਵਨ ਹੁੰਦਾ ਹੈ, ਪਰਮਾਤਮਾ ਸਾਨੂੰ ਬਦਲ ਦਿੰਦਾ ਹੈ। ਜਿਨ ਮਾਨਸ ਤੇ ਦੇਵ ਤੇ ਕੀਏ ਕਰਤ ਨਾ ਲਾਗੀ ਵਾਰ। ਅਤੇ ਸੰਗਤ ਜੀ ਉਹ ਪਰਮਾਤਮਾ ਇਨਸਾਨ ਤੋਂ ਦੇਵਤਾ ਬਣਾ ਦਿੰਦਾ ਜੋ ਪਰਮਾਤਮਾ ਦਾ ਸਿਮਰਨ ਕਰਦਾ ਹੈ, ਅਤੇ ਸਾਨੂੰ ਸਿਮਰਨ ਕਰਨਾ ਚਾਹੀਦਾ ਹੈ। ਆਓ ਜੀ ਸੰਗਤ ਜੀ, ਮੈਂ ਇਤਿਹਾਸ ਦੇ ਪੰਨਿਆਂ ਵੱਲ ਜਾਵਾਂ। ਜਦੋਂ
ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਉਹਨਾਂ 14 ਜੰਗਾਂ ਕੀਤੀਆਂ, 14 ਜੰਗਾਂ ਦੇ ਵਿੱਚੋਂ ਆਓ ਸੰਗਤ ਜੀ ਮੈਂ ਅਨੰਦਪੁਰ ਸਾਹਿਬ ਦੀ ਇੱਕ ਜੰਗ ਦੀ ਆਪ ਜੀ ਦੇ ਨਾਲ ਵਾਰਤਾ ਲੱਗਾ ਹਾਂ ਕਰਨ। ਕਹਿੰਦੇ ਬਾਈ ਧਾਰ ਦੇ ਰਾਜੇ, ਉਹ ਕਹਿੰਦੇ ਨੇ ਨਾ ਹੁਣ ਸੱਤ ਜੰਗ ਨਹੀਂ ਹੋਵੇਗਾ, ਹੁਣ ਸਾਡੇ ਕੋਲ ਜੰਗ ਨਹੀਂ ਹੋਇਆ ਜਾਣਾ, ਅਸੀਂ ਦਿੱਲੀ ਦਰਬਾਰ ਵਿੱਚ ਜਾਂਦੇ ਹਾਂ। ਅਤੇ ਸੰਗਤ ਜੀ ਔਰੰਗਜ਼ੇਬ ਦਾ ਦਰਬਾਰ ਦੇ ਅੰਦਰ ਗਏ, ਔਰੰਗਜ਼ੇਬ ਬਾਦਸ਼ਾਹ ਨੂੰ ਕਹਿੰਦੇ ਬਾਦਸ਼ਾਹ ਸਲਾਮਤ, ਹੁਣ ਸਾਡੇ ਕੋਲ ਜੰਗਾਂ ਨਹੀਂ ਹੋਣੀਆਂ, ਪਰ ਇਹ ਤੁਹਾਡਾ ਤਖਤ ਵੀ ਨਹੀਂ ਰਹੇਗਾ, ਇਹ ਤੁਹਾਡਾ ਤਾਜ ਵੀ ਨਹੀਂ ਰਹੇਗਾ। ਔਰੰਗਜ਼ੇਬ ਬਾਦਸ਼ਾਹ ਨੂੰ ਜਦੋਂ ਇੰਨੀ ਗੱਲ ਕਹੀ ਨਾ, ਕਹਿੰਦੇ ਕੀ ਗੱਲ? ਕਹਿੰਦੇ ਕਲਗੀਧਰ ਪਾਤਸ਼ਾਹ, ਜਿਹਨਾਂ ਕਹਿੰਦੇ ਅੰਮ੍ਰਿਤ ਛਕਾਇਆ ਹੈ, ਕਹਿੰਦੇ ਨਿਮਾਣਿਆਂ ਨੂੰ ਮਾਣ ਦਿੱਤਾ ਹੈ, ਕਹਿੰਦੇ ਨਿਤਾਣਿਆਂ ਨੂੰ ਤਾਣ ਦਿੱਤਾ ਹੈ, ਕਹਿੰਦੇ ਉਹ ਸੂਰਮੇ ਨੇ, ਉਹ ਯੋਧੇ ਨੇ, ਕਹਿੰਦੇ ਉਹ ਮੈਦਾਨੀ ਜੰਗ ਦੇ ਅੰਦਰ ਕਹਿੰਦੇ ਜੰਗ ਕਰਦੇ ਨੇ, ਪਰ ਸੱਤ ਉਹਨਾਂ ਦੇ ਨਾਲ ਜੰਗ ਨਹੀਂ ਹੁੰਦਾ। ਭਰੀ ਕਚਹਿਰੀ ਦੇ ਅੰਦਰ ਜੋ ਕੁਝ ਕਿਹਾ ਉਸ ਵੇਲੇ ਦੀ ਵਾਰਤਾ ਮੇਰਾ ਢਾਡੀ ਜੱਥਾ ਰਾਜਵੀਰ ਸਿੰਘ ਜੀ ਘੁੰਮਣ ਪਿੰਡ ਬਹਿਰਾਮ, ਸੇਵਕ ਸਿੰਘ ਜੀ ਸੁਰੰਗੀ ਮਾਸਟਰ, ਹਰਮੀਤ ਸਿੰਘ ਜੀ ਕਾਲਾ ਸੰਘਿਆਂ ਤੇ ਢਾਡੀ ਓਂਕਾਰ ਸਿੰਘ ਮਾਨ ਦਾ ਢਾਡੀ ਜੱਥਾ ਹੈ, ਇਉਂ ਬਿਆਨ ਕਰਦਾ ਹੈ ਜੀ। ਸੂਰਮਾ ਹੱਥ ਖੰਡੇ ਪਾਵੇ, ਪਰ ਇੱਕ
ਪੂਰੀ ਆਨੰਦ ਨੂੰ ਹੋ ਢਾਵੇ ਪੂਰੀ ਆਨੰਦ ਨੂੰ ਨਿਸ਼ਾਨ ਮਿਟਾਵੇ ਭਰੀ ਕਚਹਿਰੀ ਵਿੱਚ ਸ਼ਾਹ ਇਉਂ ਆਖ ਸੁਣਾਵੇ ਹਾਂ ਸੁਣਾਵੇ ਢਾਵੇ ਪੂਰੀ ਆਨੰਦ ਨੂੰ ਨਿਸ਼ਾਨ ਮਿਟਾਵੇ ਭਰੀ ਕਚਹਿਰੀ ਵਿੱਚ ਸ਼ਾਹ ਇਉਂ ਆਖ ਸੁਣਾਵੇ ਹਾਂ ਸੁਣਾਵੇ ਸਜਾਇਆ ਗਿਆ ਕੱਢ ਕੇ ਅਜ਼ਬ ਖਜ਼ਾਨੇ ਦੀਆਂ ਸਭ ਵਸਤਾਂ ਥਾਂ ਥਾਂ ਉਹਨਾਂ ਨੂੰ ਟਿਕਾਇਆ ਗਿਆ ਲਿਆਓ ਸਦਕੇ ਕੁੱਲ ਮਹਾਨ ਰੂਹਾਂ ਵੀ ਉਹਨੇ ਫਰਿਸ਼ਤਿਆਂ ਤਾਈਂ ਫਰਮਾ ਦਿੱਤਾ ਦਰਜ਼ੇਵਾਰ ਆਪੋ ਆਪਣੀ ਥਾਂ ਉੱਤੇ ਆਦਰ ਨਾਲ ਸਭਨਾਂ ਨੂੰ ਟਿਕਾ ਦਿੱਤਾ ਕਲੀ ਖਿੜਦੀ ਹੈ ਜਿਵੇਂ ਪ੍ਰਭਾਤ ਵੇਲੇ ਕਿਹਾ ਰੱਬ ਨੇ ਇੰਜ ਮੁਸਕੁਰਾ ਕੇ ਤੇ ਅੱਜ ਮੈਂ ਅਜਬ ਖਜ਼ਾਨੇ ਦੀਆਂ ਸਭ ਵਸਤਾਂ ਵੰਡਣ ਲੱਗਾ ਹਾਂ ਖੁਸ਼ੀ ਵਿੱਚ ਆ ਕੇ ਤੇ ਇੱਕ ਇੱਕ ਦੀ ਸਿਫਤ ਨਹੀਂ ਹੋ ਸਕਦੀ ਹਨ ਇਹ ਸਾਰੀਆਂ ਬੇਮਿਸਾਲ ਚੀਜ਼ਾਂ ਇਸੇ ਭਾਗ ਸੁਲੱਖਣੀ ਘੜੀ ਖਾਤਰ ਐਸੀ ਰੱਖੀਆਂ ਹੋਈਆਂ ਸੰਭਾਲ ਚੀਜ਼ਾਂ ਇੱਕ ਗੱਲ ਦਾ ਜ਼ਰਾ ਖਿਆਲ ਰੱਖਣਾ ਇਹ ਵਸਤਾਂ ਸਾਰੀਆਂ ਹੀ ਮੈਨੂੰ ਪਿਆਰੀਆਂ ਨੇ ਚੋਣ ਕਰਨ ਤੋਂ ਪਹਿਲਾਂ ਸੋਚ ਲੈਣਾ ਇੱਕ ਇੱਕ ਨਾਲ ਬੜੀਆਂ ਜ਼ਿੰਮੇਵਾਰੀਆਂ ਨੇ ਤੱਕ ਕੇ ਰੱਬ ਨੂੰ ਮਿਹਰ ਦੇ ਵਿੱਚ ਆਇਆ ਹਰ ਇੱਕ ਰੂਹ ਨਾਲ ਸਤਿਕਾਰੀ ਉੱਠੀ ਚੁਣਨ ਵਾਸਤੇ ਦੱਤ ਮਨ ਮਰਜ਼ੀਆਂ ਦੀ ਆਪਣੀ ਜਗ੍ਹਾ ਅਤੇ ਆਪਣੀ ਵਾਰੀ ਉੱਠੀ ਤੱਕ ਤੱਕ ਚੀਜ਼ਾਂ ਸਾਰੀਆਂ ਨੂੰ ਕਿਸੇ ਯੋਗ ਚੁਣਿਆ ਅਤੇ ਕਿਸੇ ਗਿਆਨ ਚੁਣਿਆ ਕਿਸੇ ਜਾ ਗਰੀਬੀ ਪਸੰਦ ਕੀਤੀ ਕਿਸੇ ਭਗਤੀ ਅਤੇ ਕਿਸੇ ਇਲਹਾਮ ਚੁਣਿਆ ਕਿਸੇ ਕੀਮਤੀ ਤਾਜ ਅਤੇ ਹੱਥ ਧਰਿਆ ਤੇ ਕਿਸੇ ਬੰਸਰੀ ਤੇ ਕਿਸੇ ਤਲਵਾਰ ਚੁੱਕ ਲਈ ਇੱਕ ਰੂਹ ਨੇ ਸਭ ਦੇ ਵਹਿੰਦੇ ਆਈ ਇੱਕ ਗੰਢੜੀ ਨਾਲ ਸਤਿਕਾਰ ਚੁੱਕ ਲਈ ਤੱਕ ਕੇ ਰੱਬ ਮੁਸਕੁਰਾ ਕੇ ਕਹਿਣ ਲੱਗਾ ਇਹ ਹੈ ਪੰਡ ਭਾਰੀ ਇਹ ਕੁਰਬਾਨੀਆਂ ਨੇ ਇਹ ਜਵਾਬ ਮਿਲਿਆ ਜੇਕਰ ਬਖਸ਼ ਦੇਵੋ ਫਿਰ ਤੇ ਸਮਝੋ ਬਹੁਤ ਮਿਹਰਬਾਨੀਆਂ ਨੇ ਰੱਬ ਗੰਭੀਰ ਹੋਇਆ ਇਹ ਅਰਜ ਸੁਣ ਕੇ ਰੂਹ ਨੇ ਰੱਬ ਨੂੰ ਸੋਚਾਂ ਦੇ ਵਿੱਚ ਪਾ ਦਿੱਤਾ ਫਿਰ ਉੱਠ ਕੇ ਰੱਬ ਨੇ ਇੱਕ ਪਰਦਾ ਮਾਤ ਲੋਕ ਦੀ ਖਿੜਕੀ ਤੋਂ ਲਾ ਦਿੱਤਾ ਕੋਲ ਸੱਦ ਕੇ ਉਸ ਰੂਹ ਨੂੰ ਕਹਿਣ ਲੱਗਾ ਇੱਧਰ ਆ
ਤੇ ਆ ਕੇ ਜ਼ਰਾ ਨਜ਼ਾਰੇ ਨੂੰ ਵੇਖ, ਤੇਰੀਆਂ ਅੱਖੀਆਂ ਕੱਲ ਜੋ ਵੇਖਣਾ ਏ ਨਾ ਹੁਣੇ ਆ, ਤੇ ਆ ਕੇ ਉਸ ਸਾਰੇ ਨੂੰ ਵੇਖ। ਦਿੱਲੀ ਚਾਂਦਨੀ ਚੌਂਕ ਹੈ ਉਹ ਜਿੱਥੇ, ਦਿੱਲੀ ਚਾਂਦਨੀ ਚੌਂਕ ਹੈ ਉਹ ਜਿੱਥੇ ਤੇਰੇ ਪਿਤਾ ਦਾ ਸੀਸ ਕਟਾਇਆ ਜਾਣਾ, ਉਹ ਸਰਹੰਦ ਹੈ ਨੀਹਾਂ ਦੇ ਵਿੱਚ ਜਿੱਥੇ ਤੇਰੇ ਬੱਚਿਆਂ ਤਾਈਂ ਚੁਣਵਾਇਆ ਜਾਣਾ, ਉਹ ਬੁਰਜ ਹੈ, ਉਹ ਬੁਰਜ ਹੈ ਜਿਸ ਦੀ ਕੈਦ ਅੰਦਰ ਤੇਰੀ ਮਾਤਾ ਨੇ ਦੁੱਖੜੇ ਝਾਗਣੇ ਨੇ, ਉਹ ਚਮਕੌਰ ਹੈ ਜਿੱਥੇ ਤੇਰੇ ਬੱਚਿਆਂ ਨੇ ਜਾਣ ਬੁੱਝ ਕੇ ਪ੍ਰਾਣ ਤਿਆਗਣੇ ਨੇ, ਉਹ ਆਨੰਦਪੁਰ ਹੈ ਜਿੱਥੇ ਸਿਦਕੀਆਂ ਨੇ ਤੇਰਾ ਬਣੀ ਵੇਲੇ ਸਾਥ ਛੋੜਨਾ ਈ, ਉਹ ਤੂੰ ਸਰਸਾ ਦੀ ਸ਼ੂਕ ਦੀ ਨਦੀ ਤੱਕ ਲੈ ਜਿਨ ਤੇਰਾ ਪਰਿਵਾਰ ਵਿਛੋੜਨਾ ਈ, ਮਾਛੀ ਵਾੜੇ ਦਾ ਜੰਗਲ ਹੈ ਉਹ ਜਿੱਥੇ ਸੂਲਾਂ ਹੱਸ ਕੇ ਜਰਨੀਆਂ ਪੈਣਗੀਆਂ, ਮਾਤ ਲੋਕ ਵਿੱਚ ਤੈਨੂੰ ਜਾ ਕੇ ਤੇ ਇਹ ਕੁਰਬਾਨੀਆਂ ਕਰਨੀਆਂ ਪੈਣਗੀਆਂ। ਮੈਂ ਤੈਨੂੰ ਆਖਦਾ ਹਾਂ ਚੋਣੇ ਆਪਣੀ ਤੇ ਗੌਰ ਦੂਜੀ ਵਾਰ ਕਰ ਲੈ, ਇਹਨਾਂ ਸਾਕੀਆਂ ਨੂੰ ਕੀ ਤੂੰ ਮੁਸਕਰਾ ਕੇ ਵੇਖ ਸਕਦਾ, ਇਹ ਵਿਚਾਰ ਕਰ ਲੈ ਜੀ। ਹੱਥ ਜੋੜ ਕੇ ਉਸ ਰੂਹ ਨੇ ਅਰਜ ਕੀਤੀ, ਕਦੀ ਆ ਨਾ ਹੋਠਾਂ ਤੇ ਲਿਆਵਾਂਗਾ ਮੈਂ, ਇਹਨਾਂ ਅੱਖੀਆਂ ਨੂੰ ਬਿਨਾਂ ਹੰਝੂਆਂ ਦੇ ਮਾਤ ਲੋਕ ਚੋਂ ਮੋੜ ਕੇ ਲਿਆਵਾਂਗਾ ਮੈਂ। ਸੁਣ ਕੇ ਰੱਬ ਨੇ ਹਿੱਕ ਦੇ ਨਾਲ ਲਾਇਆ, ਮੱਥਾ ਚੁੰਮਿਆਂ ਤੇ ਰੱਜ ਕੇ ਪਿਆਰ ਦਿੱਤਾ, ਸੀਸ ਤੇ ਸੋਹਣੀ ਦਸਤਾਰ ਸਜਾ ਕੇ ਜਿਗਾ ਕਲਗੀ ਦੇ ਨਾਲ ਸ਼ਿੰਗਾਰ ਦਿੱਤਾ, ਫਿਰ ਮੁਸਕਰਾ ਕੇ ਇੰਜ ਫਰਮਾਨ ਕੀਤਾ, ਤੈਨੂੰ ਬੜੇ ਉਪਕਾਰ ਤੇ ਭੇਜਦਾ ਹਾਂ, ਗੋਬਿੰਦ ਨਾਮ ਤੇ ਆਪਣੀ ਜੋਤ ਦੇ ਕੇ ਤੈਨੂੰ ਅੱਜ ਸੰਸਾਰ ਤੇ ਭੇਜਦਾ ਹਾਂ। ਤੇ ਸੰਗਤ ਜੀ ਆਓ, ਕਲਗੀਧਰ ਪਾਤਸ਼ਾਹ ਜਿਨ੍ਹਾਂ ਦਾ ਪ੍ਰਕਾਸ਼ 22 ਦਸੰਬਰ 1666 ਈਸਵੀ ਨੂੰ ਹੋਇਆ, ਤੇ ਸੰਗਤ ਜੀ ਆਓ, ਤੇ ਜਦੋਂ ਅਸੀਂ ਵੇਖਦੇ ਹਾਂ ਇਤਿਹਾਸ ਦੇ ਪੰਨਿਆਂ ਨੂੰ, ਤੇ ਸੰਗਤ ਜੀ ਉਹਨਾਂ 14 ਜੰਗਾਂ ਕੀਤੀਆਂ, ਤੇ ਜੋ ਮੈਂ ਜੰਗ ਦੀ ਆਪ ਦੇ ਨਾਲ ਵਾਰਤਾ ਕਰਿਆ, ਇਤਿਹਾਸ ਸੁਣਾ ਰਿਹਾ ਨਾ, ਤੇ 22 ਧਾਰ ਦੇ ਰਾਜੇ ਜਿਨ੍ਹਾਂ ਨੂੰ ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਗਵਾਲੀਅਰ ਦੇ ਕਿਲੇ ਚੋਂ ਆਜ਼ਾਦ ਕਰਵਾਇਆ, ਪਰ ਸਭ ਕੁਝ ਭੁੱਲ ਗਏ। ਅਜਮੇਰ ਚੰਦ ਕਹਿੰਦਾ ਏ ਔਰੰਗਜ਼ੇਬ ਬਾਦਸ਼ਾਹ ਨੂੰ, ਕਹਿੰਦਾ ਬਾਦਸ਼ਾਹ ਸਲਾਮਤ ਸੁਣੋ ਮੇਰੀ ਗੱਲ ਨੂੰ ਬੜੇ ਧਿਆਨ ਦੇ ਨਾਲ ਸੁਣੋ, ਕਹਿੰਦੇ ਦੱਸੋ, ਕਹਿੰਦੇ ਸਾਨੂੰ ਆਪਣੇ ਰਾਜ ਦੇ ਵਿੱਚ ਨੀਂਦ ਨਹੀਂ ਸੀ ਆਉਂਦੀ, ਕਹਿੰਦੇ ਸਾਨੂੰ ਨਹੀਂ ਸੀ ਨੀਂਦ ਆਉਂਦੀ, ਅਸੀਂ ਤੁਹਾਡੇ ਇੱਥੇ ਮਹਿਲਾਂ ਵਿੱਚ ਆਏ ਪਰ ਸਾਨੂੰ ਨੀਂਦ ਬਹੁਤ ਆਈ, ਕੀ ਹੋਇਆ? ਕਹਿੰਦੇ ਰਾਤ ਨੂੰ ਸਾਨੂੰ ਸੁਪਨਾ ਆਇਆ ਆ, ਸਾਡੇ ਰਾਜ ਖੋਹੇ ਗਏ, ਸਾਡੇ ਕੋਲੋਂ ਤਖ਼ਤ ਖੋਹੇ ਗਏ। ਕਹਿੰਦੇ ਤੁਹਾਡਾ ਵੀ ਤਖ਼ਤ ਤੁਹਾਡੇ ਕੋਲੋਂ ਖੋਹਿਆ ਗਿਆ? ਕਹਿੰਦੇ ਕਿਹਨਾਂ? ਕਹਿੰਦੇ ਗੁਰੂ ਕੇ ਸਿੱਖਾਂ ਨੇ, ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਜੀ ਦੇ ਖਾਲਸੇ ਨੇ, ਕਲਗੀਧਰ ਪਾਤਸ਼ਾਹ ਨੇ। ਤੇ ਕਹਿੰਦੇ ਤੁਹਾਡੇ ਹੱਥ ਵਿੱਚ ਕਾਸਾ ਸੀ, ਇੱਕ ਬਾਦਸ਼ਾਹ ਨੂੰ ਕਹਿ ਦੇਣਾ, ਔਰੰਗਜ਼ੇਬ ਬਾਦਸ਼ਾਹ ਨੂੰ ਕਹਿ ਦੇਣਾ ਤੁਹਾਡੇ ਹੱਥ ਵਿੱਚ ਕਾਸਾ ਸੀ। ਉਹ ਕਹਿੰਦਾ, ਔਰੰਗਜ਼ੇਬ ਬਾਦਸ਼ਾਹ ਕਹਿੰਦਾ ਮੈਂ ਤਖ਼ਤ 'ਤੇ ਬੈਠਾ ਹਾਂ। ਜਰਾ ਵਿਚਾਰ ਦੇ ਨਾਲ ਗੱਲ ਕਰੋ। ਕਹਿੰਦੇ ਜਦੋਂ ਇੰਨੀ ਗੱਲ ਕਹੀ ਨਾ, ਕਹਿੰਦੇ ਮੈਂ ਬਾਦਸ਼ਾਹ ਹਾਂ, ਕਹਿੰਦੇ ਵਿਚਾਰ ਦੇ ਨਾਲ ਗੱਲ ਕਰੋ। ਜਦੋਂ ਵਿਚਾਰ ਦੇ ਨਾਲ ਗੱਲ ਹੋਈ, ਕਹਿੰਦਾ ਬਾਦਸ਼ਾਹ ਸਲਾਮਤ, ਮੈਂ ਸੱਚ ਬੋਲਦਾ ਹਾਂ, ਮੈਂ ਝੂਠ ਨਹੀਂ ਬੋਲਦਾ। ਔਰੰਗਜ਼ੇਬ ਬਾਦਸ਼ਾਹ ਨੇ ਵੀ ਵੇਖਿਆ, ਪਹਿਲਾਂ ਉਹਨਾਂ ਦੀ ਗੱਲ ਵੱਲ ਕੋਈ ਧਿਆਨ ਨਹੀਂ ਸੀ ਦਿੰਦਾ, ਇਹ ਆਪਸ ਵਿੱਚ ਜੰਗ ਕਰਨਗੇ, ਕਮਜ਼ੋਰ ਹੋਣਗੇ, ਜਦੋਂ ਇੰਨੀ ਗੱਲ ਕਹੀ ਹੈ ਨਾ। ਅਤੇ ਸੰਗਤ ਜੀ, ਔਰੰਗਜ਼ੇਬ ਬਾਦਸ਼ਾਹ ਕਹਿੰਦਾ ਉੱਠੋ ਕੋਈ ਸੂਰਮਾ, ਕਹਿੰਦਾ ਆਨੰਦਪੁਰ ਸਾਹਿਬ ਦੇ ਉੱਤੇ ਹੱਲਾ ਬੋਲੋ, ਉੱਠੋ ਕੋਈ ਸੂਰਮਾ। ਜਦੋਂ 2-3 ਵਾਰੀ ਆਵਾਜ਼ ਮਾਰੀ ਹੈ ਨਾ, ਕੋਈ ਨਹੀਂ ਉੱਠਦਾ, ਸਾਰੇ ਘਬਰਾਉਂਦੇ ਨੇ, ਡਰਦੇ ਨੇ।
ਪਰ ਔਰੰਗਜ਼ੇਬ ਬਾਦਸ਼ਾਹ ਨੇ ਇਹੋ ਜਿਹਾ ਤਾਨਾ ਮਾਰਿਆ ਤੇ ਜਦੋਂ ਇੰਨੀ ਗੱਲ ਕਹੀਏ ਨਾ, ਇੱਕ ਨੌਜਵਾਨ ਉੱਠਿਆ ਤੇ ਜਦੋਂ ਨੌਜਵਾਨ ਉੱਠਿਆ ਨਾ, ਉਸ ਕਹਿੰਦੇ 17 ਨੂੰ ਜਿਵੇਂ ਕਵੀ ਨੇ ਲਿਖਿਆ ਹੈ ਤੇ ਦਾਸ ਦਾ ਢਾਡੀ ਜੱਤਾ ਹੇ ਇਉਂ ਬਿਆਨ ਕਰਦਾ ਹੈ।
ਰੇੜਕਾ ਮੁਕਾਇਆ ਨਹੀਂ ਜੋ ਪੱਤਰਾ ਬਚ ਗਿਆ ਪਾਣੀ ਦਰਿਆਵਾਂ ਦੇ ਇੱਕ ਵਾਰ ਜੋ ਵਹਿ ਗਏ ਨੇ ਪਰਤਣ ਨਾ ਪੱਤਣਾ ਤੇ ਇਹ ਦਾਨੇ ਕਹਿ ਗਏ ਨੇ ਤੇ ਸੰਗਤ ਜੀ ਸਮਾਂ ਇੱਕ ਵਾਰੀ ਹੱਥ ਆਉਂਦਾ ਦੂਜੀ ਵਾਰੀ ਸਮਾਂ ਹੱਥ ਨਹੀਂ ਆਉਂਦਾ ਅਸੀਂ ਜਿੰਨਾ ਮਰਜ਼ੀ ਸੰਗਤ ਜੀ ਜ਼ੋਰ ਲਾਈਏ ਪਰ ਸਮਾਂ ਮੁੜ ਕੇ ਨਹੀਂ ਆਵੇਗਾ ਜੋ ਸਮਾਂ ਅੱਜ ਹੈ ਨਾ ਤੇ ਸੰਗਤ ਜੀ ਕੱਲ੍ਹ ਨੂੰ ਸਮਾਂ ਨਹੀਂ ਆਵੇਗਾ ਪਰ ਇਹ ਸਾਡੇ ਹੱਥ ਵਿੱਚ ਹੈ ਅਤੇ ਸੰਗਤ ਜੀ ਜੇ ਅਸੀਂ ਪਰਮਾਤਮਾ ਦਾ ਸਿਮਰਨ ਕਰਾਂਗੇ ਨਾ ਫਿਰ ਸਾਨੂੰ ਸਭ ਕੁਝ ਮਿਲੇਗਾ ਦੁਨਿਆਵੀ ਚੀਜ਼ਾਂ ਤੇ ਕੀ ਉਹ ਪਰਮਾਤਮਾ ਦੀ ਬੰਦਗੀ ਦੇ ਨਾਲ ਤੇ ਸੰਗਤ ਜੀ ਇਨਸਾਨ ਦਰਗਾਹ ਦੇ ਵਿੱਚ ਕਬੂਲਿਆ ਜਾਂਦਾ ਏ ਤੇ ਜਦੋਂ ਕਹਿੰਦੇ ਜ਼ੋਬਨ ਹੈ ਨਾ ਜੋ ਉਹ ਬੇਲਾ ਮੁੜਦਾ ਨਹੀਂ ਜੋ ਇੱਕ ਵਾਰੀ ਗਵਾਚ ਗਿਆ ਉਹ ਜ਼ੋਬਨ ਨਹੀਂ ਮੁੜਦਾ ਨਹੀਂ ਜੋ ਪੱਤਰਾ ਬਚ ਗਿਆ ਜ਼ਮਾਨੀ ਇੱਕ ਵਾਰੀ ਆਉਂਦੀ ਏ ਵਾਰ ਵਾਰ ਮੁੜ ਕੇ ਜ਼ਮਾਨੀ ਨਹੀਂ ਆਉਂਦੀ ਤੇ ਸੰਗਤ ਜੀ ਪਹਿਲਾਂ ਬਚਪਨ ਤੇ ਫਿਰ ਜ਼ਮਾਨੀ ਤੇ ਫਿਰ ਬੁਢਾਪਾ ਤੇ ਫਿਰ ਤੇ ਤੁਸੀਂ ਸਮਝਦੇ ਹੋ ਤੇ ਸੰਗਤ ਜੀ ਜ਼ਬਾਨੀ ਵੀ ਇਨਸਾਨ ਨੂੰ ਇੱਕੋ ਵਾਰੀ ਆਉਂਦੀ ਏ ਜੋ ਦਰਿਆਵਾਂ ਦੇ ਕਿਨਾਰਿਆਂ ਦੇ ਪਾਣੀ ਹੁੰਦੇ ਨੇ ਨਾ ਉਹ ਕਿਨਾਰਿਆਂ ਨੂੰ ਇੱਕੋ ਵਾਰੀ ਮਿਲਦੇ ਨੇ ਦੂਜੀ ਵਾਰੀ ਨਹੀਂ ਮਿਲਦੇ ਤੇ ਸਾਨੂੰ ਸੰਗਤ ਦੇ ਵਿੱਚ ਆਉਣਾ ਚਾਹੀਦਾ ਏ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਤ ਹਰਿਆ ਤੇ ਸੰਗਤ ਜੀ ਜੋ ਸੰਗਤ ਵਿੱਚ ਆਉਂਦਾ ਏ ਨਾ ਉਹਨੂੰ ਸਭ ਕੁਝ ਮਿਲਦਾ ਏ ਤੇ ਅਸੀਂ ਇਹ ਵੇਖੀ ਨਾ ਅਸੀਂ ਮਾਇਆ ਆਮ ਦੁਨੀਆਂ ਦੇ ਲੋਕ ਕਹਿੰਦੇ ਨੇ ਸਾਡੇ ਕੋਲ ਮਾਇਆ ਹੋਵੇ ਪਰ ਸੰਗਤ ਜੀ ਮਾਇਆ ਕੀ ਹੁੰਦੀ ਏ ਸਾਡੇ ਕੋਲ ਮਾਇਆ ਤੇ ਬਹੁਤੀ ਹੋ ਗਈ ਪਰ ਅਸੀਂ ਧਾਰਮਿਕ ਤੌਰ ਤੇ ਵਾਹਿਗੁਰੂ ਦਾ ਸਿਮਰਨ ਨਹੀਂ ਕਰਦੇ ਅਸੀਂ ਧਰਮ ਦੇ ਵਿੱਚ ਜਾ ਕੇ ਤੇ ਸੰਗਤ ਜੀ ਪਰਮਾਤਮਾ ਦਾ ਸਿਮਰਨ ਨਹੀਂ ਕਰਦੇ ਕੀ ਹੁੰਦਾ ਏ ਮਾਇਆ ਜੋ ਹੈ ਉਹ ਸਾਡੀ ਕਹਿੰਦੇ ਸਾਡੇ ਬਜ਼ੁਰਗਾਂ ਦੀ ਸਾਡੇ ਪਿਤਾ ਦੀ ਮਿਲ ਜਾਵੇਗੀ ਸਾਡੇ ਕਹਿੰਦੇ ਬਾਬਾ ਜੀ ਦੀ ਮਿਲ ਜਾਵੇਗੀ ਤੇ ਪੜਦਾਦਾ ਜੀ ਦੀ ਮਿਲ ਜਾਵੇਗੀ ਤੇ ਸੰਗਤ ਜੀ ਜੋ ਬੰਦਗੀ ਹੈ ਉਹ ਆਪ ਸਵੈਮ ਕਰਨੀ ਪਵੇਗੀ ਪਰਮਾਤਮਾ ਦਾ ਸਿਮਰਨ ਆਪ ਕਰਨਾ ਪਵੇਗਾ ਜੇ ਅਸੀਂ ਭੋਜਨ ਆਪ ਖਾਵਾਂਗੇ ਨਾ ਫਿਰ ਸਾਡੇ ਸਰੀਰ ਨੂੰ ਤ੍ਰਿਪਤੀ ਹੁੰਦੀ ਏ ਜੇ ਜਲ ਅਸੀਂ ਆਪ ਪੀਵਾਂਗੇ ਪਾਣੀ ਅਸੀਂ ਆਪ ਪੀਵਾਂਗੇ ਫਿਰ ਸਾਡੇ ਸਰੀਰ ਨੂੰ ਤ੍ਰਿਪਤੀ ਹੋਵੇਗੀ ਤੇ ਸੰਗਤ ਜੀ ਕੋਈ ਵੀ ਚੀਜ਼ ਹੈ ਤੇ ਜੇ ਅਸੀਂ ਆਪ ਕਰਾਂਗੇ ਨਾ ਆਪ ਬੰਦਗੀ ਕਰਾਂਗੇ ਫਿਰ ਪਰਮਾਤਮਾ ਦੀ ਦਰਗਾਹ ਦੇ ਵਿੱਚ ਕਬੂਲਿਆ ਜਾਂਦਾ ਏ ਪਰ
ਜੇ ਸਾਡੇ ਮਨ ਦੇ ਵਿੱਚ ਹੰਕਾਰ ਹੋਵੇ ਮਾਇਆ ਕਰਕੇ, ਮਾਇਆ ਧਾਰੀ ਅਤ ਅੰਨਾ ਬੋਲਾ, ਅਤੇ ਸੰਗਤ ਜੀ ਉਹ ਪਰਮਾਤਮਾ ਦਾ ਸਿਮਰਨ ਨਹੀਂ ਕਰਦਾ। ਪਰ ਸਾਨੂੰ ਮਾਇਆ ਨੂੰ ਪਿੱਛੇ ਛੱਡ ਕੇ ਜਿਸ ਪਰਮਾਤਮਾ ਨੇ ਇਹ ਸਾਨੂੰ ਮਨੁੱਖਾ ਦੇਹੀ ਦਿੱਤੀ ਹੈ ਨਾ, ਅਤੇ ਸੰਗਤ ਜੀ ਸਾਨੂੰ ਉਹਦਾ ਸ਼ੁਕਰਾਨਾ ਕਰਨਾ ਚਾਹੀਦਾ। ਸੰਗਤ ਵਿੱਚ ਆਇਆ ਕੀ ਫਰਕ ਪੈਂਦਾ ਹੈ, ਆਈ ਉਹ ਸੰਗਤ ਹੈ। ਅਤੇ ਸੰਗਤ ਜੀ ਜੇ ਅਸੀਂ ਬੰਦਗੀ ਕਰਾਂਗੇ ਨਾ, ਗੁਰੂ ਨਾਨਕ ਸਾਹਿਬ ਦੇ ਕੋਲ ਇੱਕ ਸਿੱਖ ਗਿਆ, ਕਹਿੰਦਾ ਸਤਿਗੁਰੂ, ਕਹਿੰਦੇ ਮੇਰੇ ਕੋਲ ਸੰਤ ਮਹਾਂਪੁਰਖ ਹੀ ਆਉਂਦੇ ਨੇ, ਸੰਤ ਮਹਾਂਪੁਰਖ, ਪਰ ਮੈਂ ਉਹਨਾਂ ਦੀ ਬੜੀ ਸੇਵਾ ਕਰਦਾ ਹਾਂ, ਪਰ ਮੈਨੂੰ ਪਤਾ ਨਹੀਂ ਲੱਗਦਾ ਕਿ ਸੇਵਾ ਕੀਤਿਆਂ ਮੈਨੂੰ ਕੁਝ ਫਲ ਵੀ ਮਿਲੇਗਾ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿੰਦੇ ਤੁਸੀਂ ਉਸ ਜੰਗਲ ਵਿੱਚ ਚਲੇ ਜਾਓ, ਜੰਗਲ ਦੇ ਇੱਕ ਵਿੱਚ ਦਰਖਤ ਹੈ ਉਹਦੇ ਥੱਲੇ ਬੈਠ ਜਾਇਓ, ਫਿਰ ਤੁਹਾਨੂੰ ਪਤਾ ਲੱਗੇਗਾ। ਅਤੇ ਸੰਗਤ ਜੀ ਜਦੋਂ ਉਹ ਗੁਰੂ ਕਾ ਸਿੱਖ ਗਿਆ ਨਾ, ਉਹ ਦਰਖਤ ਦੇ ਥੱਲੇ ਬੈਠਾ, ਉਸ ਦਰਖਤ ਦੇ ਉੱਤੇ ਕਾਂ ਸੀ, ਕਾਂ। ਜਦੋਂ ਉਸ ਗੁਰਸਿੱਖ ਨੇ ਉਹਨਾਂ ਵੱਲ ਵੇਖਿਆ ਅਤੇ ਸੰਗਤ ਜੀ ਉਹ ਹੰਸ ਬਣ ਗਏ, ਹੰਸ। ਅਤੇ ਆ ਕੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਕਹਿੰਦਾ ਸਤਿਗੁਰੂ, ਮੈਨੂੰ ਬਹੁਤਾ ਪਤਾ ਨਹੀਂ ਲੱਗਾ, ਉਹ ਦਰਖਤ ਸੀ, ਉਹ ਦਰਖਤ ਦੇ ਉੱਤੇ ਪਹਿਲਾਂ ਕਾਂ ਬੈਠੇ ਸੀ, ਫਿਰ ਉਹ ਹੰਸ ਬਣ ਗਏ। ਗੁਰੂ ਨਾਨਕ ਸਾਹਿਬ ਕਹਿੰਦੇ ਫਿਰ ਕੱਲ੍ਹ ਨੂੰ ਜਾਇਓ। ਅਤੇ ਜਦੋਂ ਫਿਰ ਗਏ ਨਾ, ਅਤੇ ਸੰਗਤ ਜੀ ਫਿਰ ਗਿਆ, ਉਹ ਕਹਿੰਦੇ ਗੁਰੂ ਕਾ ਸਿੱਖ ਜਦੋਂ ਜਾ ਕੇ ਦਰਖਤ ਵੱਲ ਵਹਿੰਦਾ ਹੈ ਨਾ, ਅਤੇ ਸੰਗਤ ਜੀ ਅੱਜ ਹੰਸਾਂ ਤੋਂ ਉਹ ਦੇਵਤੇ ਬਣ ਗਏ, ਉਹ ਮਨੁੱਖ ਬਣ ਗਏ। ਅਤੇ ਫਿਰ ਉਹ ਆ ਕੇ ਕਹਿੰਦੇ ਗੁਰੂ ਕਿਆ ਸਿੱਖ, ਇਹ ਤੇਰੇ ਆਉਣ ਕਰਕੇ ਹੋਇਆ, ਇਹ ਤੇਰੇ ਆਉਣ ਕਰਕੇ। ਕਹਿੰਦੇ ਪਹਿਲਾਂ ਸੀ ਕਾਂ, ਸੀ ਕਾਮਾਂ ਤੋਂ ਹੰਸ ਬਣ ਗਏ, ਪਰ ਕਹਿੰਦੇ ਤੂੰ ਬੜੀ ਸੇਵਾ ਕਰਦਾ ਹੈ, ਤੂੰ ਗੁਰੂ ਨਾਨਕ ਦੇ ਘਰ ਦਾ ਸਿਮਰਨ ਕਰਦਾ, ਉਸ ਅਕਾਲ ਪੁਰਖ ਵਾਹਿਗੁਰੂ ਦਾ ਸਿਮਰਨ ਕਰਦਾ ਹੈ। ਕਹਿੰਦੇ ਅਸੀਂ ਮਨੁੱਖ ਬਣ ਗਏ, ਅਸੀਂ ਦੇਵਤੇ ਬਣ ਗਏ। ਕਹਿੰਦੇ ਸਾਨੂੰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਕੋਲ ਲੈ ਚੱਲੋ। ਅਤੇ ਸੰਗਤ ਜੀ ਆਹੋ, ਉਹ ਗੁਰੂ ਕਾ ਸਿੱਖ ਜਦੋਂ ਲੈ ਕੇ ਤੁਰਿਆ ਨਾ ਗੁਰੂ ਨਾਨਕ ਸਾਹਿਬ ਦੇ ਕੋਲ, ਉਹ ਸਿੱਖ ਕਹਿੰਦਾ ਸਤਿਗੁਰੂ, ਮੈਨੂੰ ਪਤਾ ਲੱਗ ਗਿਆ, ਸੰਗਤ ਵਿੱਚ ਗਿਆ, ਸੰਗਤ ਦੀ ਸੇਵਾ ਕਰਿਆ, ਗੁਰੂ ਕੇ ਸਿੱਖਾਂ ਦੀ ਸੇਵਾ ਕਰਿਆ ਅਤੇ ਸੰਗਤ ਦੀ ਸੇਵਾ ਕਰਿਆ, ਆਹ ਫਲ ਮਿਲਦਾ। ਸਤਿਗੁਰੂ, ਮੈਨੂੰ ਪਤਾ ਲੱਗ ਗਿਆ। ਸਤਿਗੁਰ ਕਹਿੰਦੇ ਸਾਨੂੰ ਸੰਗਤ ਵਿੱਚ ਜਾਣਾ ਚਾਹੀਦਾ ਅਤੇ ਸੰਗਤ ਦੀ ਸੇਵਾ ਕਰਨੀ ਚਾਹੀਦੀ ਹੈ। ਅਤੇ ਸੰਗਤ ਜੀ ਅੱਜ ਬੇਸ਼ੱਕ ਕਿਸੇ ਦਾ ਕੀਮਤੀ ਕੋਈ ਵੀ ਸਮਾਂ ਹੋਵੇਗਾ, ਕੋਈ ਕਹਿੰਦਾ ਹੋਵੇਗਾ ਮੇਰਾ ਕਰੋੜਾਂ ਦਾ ਕੰਮ ਚੱਲਦਾ ਪਰ ਜੇ ਮੈਂ ਗਿਆ ਤਾਂ ਮੇਰਾ ਨੁਕਸਾਨ ਹੋਵੇਗਾ, ਪਰ ਸੰਗਤ ਜੀ ਇੱਥੇ ਆਇਆ ਕੋਈ ਨੁਕਸਾਨ ਨਹੀਂ ਹੁੰਦਾ, ਸਤਿਗੁਰ ਆਪੇ ਕਾਰੋਬਾਰਾਂ ਨੂੰ ਵਧਾਉਂਦਾ ਹੈ। ਕਹਿੰਦੇ ਤਰੱਕੀਆਂ ਕਰਦੇ ਨੇ ਉਹ ਇਨਸਾਨ ਜੋ ਪਰਮਾਤਮਾ ਦਾ ਸਿਮਰਨ ਕਰਦੇ ਨੇ। ਅਤੇ ਸੰਗਤ ਜੀ ਆਓ, ਮੈਂ ਉਹਨਾਂ ਇਤਿਹਾਸ ਦੇ ਪੰਨਿਆਂ ਵੱਲ ਜਾਵਾਂ। ਜਦੋਂ ਸੈਦ ਖਾਂ ਨੇ ਕਹਿ ਦਿੱਤਾ, ਕਹਿੰਦਾ ਬਾਦਸ਼ਾਹ ਸਲਾਮਤ ਮੈਂ ਜਾਵਾਂਗਾ, ਕਹਿੰਦੇ ਮੈਨੂੰ ਜਾਪਦਾ ਸੀ ਔਰੰਗਜ਼ੇਬ ਬਾਦਸ਼ਾਹ, ਕਹਿੰਦੇ ਇੱਥੇ ਕੋਈ ਮਰਦ ਨਹੀਂ, ਪਰ ਬਾਕੀ ਤਾਂ ਕੋਈ ਨਹੀਂ ਬੋਲਿਆ। ਸੈਦ ਖਾਨ ਕਹਿੰਦਾ ਮੈਂ ਜਾਵਾਂਗਾ, ਉਹਨੂੰ ਕੁਰਾਨ ਸ਼ਰੀਫ ਦੀ ਕਸਮ ਖਾਧੀ ਹੈ, ਕਹਿੰਦਾ ਮੈਂ ਜਾਵਾਂਗਾ, ਮੈਂ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਵਾਂਗਾ, ਕਹਿੰਦਾ ਮੈਂ ਜਾਵਾਂਗਾ। ਔਰੰਗਜ਼ੇਬ ਬਾਦਸ਼ਾਹ ਕਹਿੰਦਾ ਮੈਨੂੰ ਤੇਰੇ ਉੱਤੇ ਮਾਣ ਹੈ, ਕਹਿੰਦੇ ਤੂੰ ਜਾਵੇਂਗਾ, ਤੂੰ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਲੈ ਕੇ ਜਾਵੇਂਗਾ। ਅਤੇ ਸੰਗਤ ਜੀ 22 ਧਾਰ ਦੇ ਰਾਜਿਆਂ ਨੂੰ ਕਹਿ ਦਿੱਤਾ, ਕਹਿੰਦੇ ਗੱਲ ਸੁਣੋ, ਔਰੰਗਜ਼ੇਬ ਬਾਦਸ਼ਾਹ ਕਹਿੰਦਾ ਜੇ ਕੋਈ ਵੀ ਉੱਥੋਂ ਭੱਜਿਆ, ਕਹਿੰਦੇ ਸਾਥ ਨਾ ਦਿੱਤਾ ਮੈਂ ਮੌਤ ਦੀ ਸਜ਼ਾ ਦਿਆਂਗਾ, ਕਹਿੰਦੇ ਬਾਦਸ਼ਾਹ ਸਲਾਮਤ ਅਸੀਂ ਸਾਥ ਦੇਵਾਂਗੇ। ਅਤੇ ਉੱਧਰੋਂ ਰੱਥ 'ਤੇ ਅਸਵਾਰ ਹੋਇਆ ਇਹ ਸੈਦ ਖਾਨ, ਅਤੇ ਰੱਥ 'ਤੇ ਅਸਵਾਰ ਹੋ ਕੇ ਕਹਿੰਦੇ ਬਿਗਲ ਵੱਜਦੇ ਨੇ ਉੱਥੇ, ਕਹਿੰਦੇ ਜਦੋਂ ਕਹਿੰਦੇ ਬਿਗਲ ਵੱਜੇ ਨੇ, ਕਹਿੰਦੇ ਬੜੇ ਨਗਾਰੇ 'ਤੇ ਚੋਟਾਂ ਲਾਈਆਂ ਗਈਆਂ, ਕਹਿੰਦੇ ਜਾਵਾਂਗੇ ਅਸੀਂ ਅਨੰਦਪੁਰ ਸਾਹਿਬ ਦੇ ਉੱਤੇ ਹੱਲਾ ਬੋਲਾਂਗੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਵਾਂਗੇ। ਹੰਕਾਰ ਹੈ, ਹੰਕਾਰ ਦੇ ਨਾਲ ਮਤਿਆ ਹੋਇਆ ਇਹ ਸੈਦ ਖਾਨ,
ਤੇ ਰੱਥ ਦੇ ਉੱਤੇ ਲੱਗਾ ਹੋਇਆ ਇਹ ਸ਼ੀਸ਼ਾ। ਤੇ ਸੰਗਤ ਜੀ ਜਦੋਂ ਇਨਸਾਨ ਸ਼ੀਸ਼ਾ ਵੇਖਦਾ ਹੈ ਨਾ, ਫਿਰ ਆਪਣੇ ਆਪ ਨੂੰ ਵੇਖਦਾ ਹੈ। ਬਾਦਸ਼ਾਹ ਕਹਿੰਦਾ, ਕਹਿੰਦਾ ਬਾਦਸ਼ਾਹ ਸਲਾਮਤ ਨੇ ਮੈਨੂੰ ਭੇਜਿਆ ਹੈ, ਜੇ ਦੁਨੀਆਂ ਦੇ ਵਿੱਚ ਕੋਈ ਪਾਵਰ ਵਾਲਾ ਹੈ ਨਾ, ਪਹਿਲੇ ਨੰਬਰ 'ਤੇ ਔਰੰਗਜ਼ੇਬ ਬਾਦਸ਼ਾਹ, ਉਹਦੇ ਤੋਂ ਬਾਅਦ ਮੈਂ। ਕਹਿੰਦਾ ਮੈਂ ਜਾ ਕੇ ਗੁਰੂ ਗੋਬਿੰਦ ਸਿੰਘ ਜੀ ਸੱਚੇ ਪਾਤਸ਼ਾਹ ਨੂੰ ਗ੍ਰਿਫਤਾਰ ਕਰਕੇ ਲੈ ਕੇ ਆਵਾਂਗਾ। ਆਓ ਸੰਗਤ ਜੀ, ਦਿਨ ਚੜ੍ਹਦੇ ਨੂੰ ਸੈਦ ਖਾਨ ਤੁਰਿਆ ਉਸ ਵੇਲੇ ਦੀ ਵਾਰਤਾ, ਦਾਸ ਦਾ ਢਾਡੀ ਜੱਥਾ ਹੇ ਇਉਂ ਬਿਆਨ ਕਰਦਾ ਹੈ। ਮਾਰ ਲਓ ਅਨੰਦਪੁਰ ਗਾ ਜੀਓ, ਖੰਗ ਨਾਲ ਖਾਕ ਨੂੰ